ਪੜ੍ਹਦੇ ਹੋਏ ਆ ਜਾਂ ਤੂੰ ਆਖਰੀ ਚੈਪਟਰ ਤੇ ਆ ਗਏ ਆ, ਤੇ ਇਸ ਪੁਸਤਕ ਦਾ ਜਿਹੜਾ ਅਸੀਂ ਪੜ੍ਹ ਰਹੇ ਸੀ ਇਤਿਹਾਸ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 1920 ਤੋਂ ਲੈ ਕੇ 1925 ਤੱਕ ਦਾ ਇਤਿਹਾਸ ਸੀ ਜਿਹੜੀ ਹੈ ਚੱਲਿਆ ਸੀ, ਮੋਰਚੇ ਚੱਲੇ ਸੀ। ਇਹਦੇ ਵਿੱਚ ਪਰਸੋਂ ਦੇ ਚੈਪਟਰ ਅਸੀਂ ਪੜ੍ਹਿਆ ਸੀ ਕਿ ਖੂਨੀ ਕਾਰਖਾਨ ਜਿਹੜੀ ਸੀ ਮੋਰ, ਉਹਦੇ ਚ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸੀ। ਉਸ ਤੋਂ ਅੱਗੇ ਅਸੀਂ ਅੱਜ ਪੜ੍ਹ ਰਹੇ ਹਾਂ ਸੰਗਤ ਜੀ, ਇਹ ਜਿਹੜਾ ਮੋਰਚਾ ਸੀ 2.5 ਸਾਲ ਤੋਂ ਉੱਪਰ ਚੱਲਦਾ ਰਿਹਾ, ਵਾਹਿਗੁਰੂ ਇਹ ਕਿਵੇਂ ਖਤਮ ਵਾਹਿਗੁਰੂ ਹੋਇਆ? ਆ ਵਾਹਿਗੁਰੂ ਰਹੀ ਆਵਾਜ਼ ਵਾਹਿਗੁਰੂ ਵਾਹਿਗੁਰੂ ਜੀ? ਹਾਂ ਆਵਾਜ਼ ਆ ਰਹੀ ਹੈ। ਆ ਪਿਛਲੇ 4 ਦਿਨ ਦੀ ਨਾ ਰਿਕਾਰਡਿੰਗ ਨਹੀਂ ਹੋਈ ਸੀ, ਬਿਕੋਜ਼ ਉਹ ਅਵੇਲੇਬਿਲਟੀ ਨਹੀਂ ਸੀ, ਅਸੀਂ ਹੋਸਟ ਨਹੀਂ ਸੀ, ਕੋਈ ਵੀ ਹੋਸਟ ਨਹੀਂ ਸੀਗਾ। ਹਾਂਜੀ ਤੇ ਮਤਲਬ ਥਰਸਡੇ ਤੋਂ ਲੈਕਰ ਸ਼ਨੀਵਾਰ ਤੱਕ ਦੀ, ਤੇ ਪੋਸੀਬਿਲਟੀ ਹੈ ਹਾਂਜੀ ਕਿ ਆਪ ਜੀ ਉਹ ਜਿਹੜੇ ਜਿਹੜੀ ਆਪ ਜੀ ਨੇ ਜੋ ਵੀ ਪੜ੍ਹਿਆ ਸੀ ਇੱਕ ਵਾਰ ਮੈਨੂੰ ਰਿਕਾਰਡਿੰਗ ਕਰਕੇ ਇੱਕ ਵਾਰ ਭੇਜ ਦੋਗੇ ਮੋਬਾਈਲ ਤੇ ਕਿਸੇ ਵੀ ਐਪ ਤੇ, ਤਾਂ ਕਿ ਮੈਂ ਫਿਰ ਉਹ ਹਾਂਜੀ ਰਿਕਾਰਡ ਹੋ ਮੈਂ ਜਾਏਗਾ। ਜਿਹੜਾ ਪਰਸੋਂ ਦੇ ਇੱਕ ਪੇਜ ਅੱਜ ਪੜ੍ਹ ਦੇਣੀ ਆ, ਉਹ ਮੇਰੇ ਮੇਰਾ ਆਪਣੀ ਵੀ ਇੱਛਾ ਸੀ ਵੀਰ ਜੀ ਕਿ ਮੈਂ ਦੁਬਾਰਾ ਪੜ੍ਹਾਂ, ਉਹ ਬੱਚਿਆਂ ਦਾ ਸੀ, ਤੇ ਕੱਲ ਹਾਂਜੀ ਪੜ੍ਹ ਸਮਾਪਤੀ ਲਓ ਹੋ ਤੁਸੀਂ। ਜਾਏਗੀ, ਬਾਕੀ ਰਿਕਾਰਡਿੰਗ ਮੈਂ ਆਪ ਜੀ ਨੂੰ ਭੇਜ ਦਾਂਗੀ ਦੁਬਾਰਾ ਕਰਕੇ, ਉਹ ਮੈਂ ਪੜ੍ਹਨਾ ਹਾਂ ਚਾਹੁੰਦੀ ਸੀ। ਠੀਕ ਠੀਕ ਹਾਂਜੀ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਖੂਨੀ ਕਾਰ ਖਾਸ ਛੇਵੇਂ ਜਥੇ ਨਾਲ 22 ਛੋਟੀ ਉਮਰ 12 ਤੋਂ 16 ਸਾਲ ਦੇ ਲੜਕੇ ਸਨ। 19 ਜੂਨ ਨੂੰ ਜੈਤੋ ਪੁੱਜਣ ਤੇ ਜਥੇ ਦੇ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਇਸ ਨੂੰ 1 ਘੰਟੇ ਲਈ ਕੜਕਦੀ ਧੁੱਪੇ ਤਪਦੀ ਰੇਤ ਉੱਪਰ ਖੜਾ ਰੱਖਿਆ ਗਿਆ। ਉਪਰੰਤ ਜਥੇ ਵਿੱਚੋਂ ਇਨ੍ਹਾਂ 22 ਲੜਕਿਆਂ ਨੂੰ ਛਾਂਟ ਕੇ ਵੱਖਰਾ ਕਰ ਲਿਆ ਗਿਆ ਅਤੇ ਜੈਤੋ ਤੋਂ ਨਾਭੇ ਲਿਆ ਕੇ ਕਾਰ ਖਾਸ ਨਾਮ ਦੀ ਹਵਾਲਾਤ ਵਿੱਚ ਬੰਦ ਕੀਤਾ ਗਿਆ। ਇਸ ਹਵਾਲਾਤ ਅੰਦਰ ਇੱਕ ਅਡਰੀ ਹਵਾਲਾਤ ਸੀ ਜਿਸ ਦਾ ਬਾਹਰ ਦਾ ਜੰਦਰਾ ਖੋਲਣ ਤੇ 1 10-12 ਫੁੱਟ ਦਾ ਵਿਹੜਾ ਸੀ। ਇਸ ਵਿਹੜੇ ਦੇ ਇੱਕ ਬੰਨੇ ਛੋਟਾ ਜਿਹਾ 9-10 ਫੁੱਟ ਦਾ ਲੋਹੇ ਦਾ ਪਿੰਜਰਾ ਸੀ। ਇਸ ਦਾ ਫਾਟਕ ਖੋਲਣ ਖੋਲ ਕੇ ਇਸ ਦਾ ਫਾਟਕ ਖੋਲ ਕੇ ਇਹਨਾਂ 22 ਲੜਕਿਆਂ ਨੂੰ ਅੰਦਰ ਡੱਕ ਦਿੱਤਾ ਗਿਆ। ਜੇਠ ਹਾੜ ਦੀ ਤਪਸ਼, ਲੋਹੇ ਦੀਆਂ ਸੀਖਾਂ ਵਾਲਾ 9 ਤੋਂ 10 ਫੁੱਟ ਦਾ ਪਿੰਜਰਾ ਅਤੇ ਉਸਦੇ ਅੰਦਰ 22 ਲੜਕਿਆਂ ਦਾ ਬੰਦ ਹੋਣਾ, ਉਹਨਾਂ ਵਾਸਤੇ ਤਾਂ ਸਾਹ ਲੈਣਾ ਵੀ ਔਖਾ ਸੀ। ਪਿੰਜਰੇ ਅੰਦਰ ਇੱਕ ਗੁੱਠੇ ਪਿਸ਼ਾਬ ਕਰਨ ਲਈ ਨੰਗੇ ਮੂੰਹ ਮਿੱਟੀ ਦਾ ਘੜਾ ਰੱਖਿਆ ਹੋਇਆ ਸੀ। ਟੱਟੀ ਲਈ ਕੋਈ ਪ੍ਰਬੰਧ ਨਹੀਂ ਸੀ, ਦਿਨ ਭਰ ਪੀਣ ਲਈ ਪਾਣੀ ਵੀ ਨਹੀਂ ਮਿਲਿਆ। ਰਾਤ ਨੂੰ ਇੱਕ ਘੜਾ ਪਾਣੀ ਦਿੱਤਾ ਗਿਆ, ਖਾਣ ਲਈ ਨਾ ਸਫ਼ਰ ਸਮੇਂ ਅਤੇ ਨਾ ਇੱਥੇ ਪੁੱਜ ਕੇ ਹੀ ਕੁਝ ਦਿੱਤਾ ਗਿਆ। ਦੂਜੇ ਦਿਨ 10 ਵਜੇ ਰੋਟੀਆਂ ਦਾ ਟੋਕਰਾ ਅੰਦਰ ਰੱਖ ਦਿੱਤਾ ਗਿਆ, ਇਸ ਦੇ ਨਾਲ ਕੁਝ ਦਾਲ ਵੀ ਸੀ, ਪਰ ਇਸ ਵਿੱਚ ਤਿਹਾਈ ਤੋਂ ਵੱਧ ਕੰਕਰ ਸੀ, ਜਿਸ ਲਈ ਕਿਸੇ ਨੇ ਦਾਲ ਨਹੀਂ ਲਈ ਅਤੇ ਸੁੱਕੀਆਂ ਰੋਟੀਆਂ ਪਾਣੀ ਦੇ ਘੁੱਟਾਂ ਨਾਲ
ਅੰਦਰ ਲੰਘਾ ਕੇ ਪੇਟ ਦੀ ਅੱਗ ਬੁਝਾਈ। 12 ਵਜੇ ਇੱਕ ਹਵਲਦਾਰ ਕੁਝ ਸਿਪਾਹੀਆਂ ਸਮੇਤ ਆਇਆ ਅਤੇ ਚਾਰ ਚਾਰ ਲੜਕਿਆਂ ਨੂੰ ਵਾਰੀ ਵਾਰੀ ਪਿੰਜਰੇ ਤੋਂ ਬਾਹਰ ਲਿਜਾ ਕੇ ਨਾਲ ਦੇ ਕਮਰੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰਿਆ। ਉੱਚਾ ਚੁੱਕ ਕੇ ਧਰਤੀ ਪਰ ਪਟਕਾ ਪਟਕਾ ਮਾਰਿਆ ਅਤੇ ਉਹਨਾਂ ਦੇ ਘਰ, ਥਾਂ ਅਤੇ ਬਾਪ ਦੇ ਨਾਮ ਪੁੱਛਦੇ ਰਹੇ, ਪਰ ਕਿਸੇ ਲੜਕੇ ਨੇ ਵੀ ਆਪਣਾ ਪਤਾ ਨਹੀਂ ਦੱਸਿਆ। ਅਖੀਰ ਜਿਸ ਸਮੇਂ ਸਾਰਿਆਂ ਦੀ ਮਾਰ ਕੁਟਾਈ ਹੋ ਚੁੱਕੀ ਤਾਂ ਪਿੰਜਰੇ ਅੰਦਰ ਸੁੱਟ ਕੇ ਤਾਲਾ ਲਗਾ ਦਿੱਤਾ। ਇਹੋ ਕਾਰਵਾਈ 7 ਦਿਨ ਹੁੰਦੀ ਰਹੀ, ਪਰ ਕਿਸੇ ਇੱਕ ਨੇ ਵੀ ਆਪਣਾ ਪਤਾ ਨਹੀਂ ਦੱਸਿਆ। ਇੰਨੀ ਮਾਰ ਕੁਟਾਈ ਤੇ ਭੁੱਖ ਤ੍ਰੇਹ ਦੇ ਦੁੱਖ ਨਾਲ ਲੜਕੇ ਬਿਲਕੁਲ ਨਿਢਾਲ ਹੋ ਗਏ ਸਨ। 8ਵੇਂ ਦਿਨ ਇਹਨਾਂ ਨੂੰ ਗੱਡੀ ਵਿੱਚ ਪਾ ਕੇ ਧੂਰੀ ਸਟੇਸ਼ਨ ਤੇ ਉਤਾਰ ਦਿੱਤਾ ਗਿਆ, ਜਿੱਥੋਂ ਧੂਰੀ ਦੇ ਗੁਰਦੁਆਰੇ ਵਾਲੇ ਸੱਜਣ ਇਹਨਾਂ ਨੂੰ ਗੁਰਦੁਆਰੇ ਲੈ ਗਏ। ਮੱਲ੍ਹਮ ਪੱਟੀ ਕਰਵਾਈ, ਹੋਰ ਸੇਵਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਗਿਆ ਪੁੱਜਣ ਤੇ ਇਹਨਾਂ ਨੂੰ ਅੰਮ੍ਰਿਤਸਰ ਪਹੁੰਚਾਇਆ ਗਿਆ। ਕਈ ਦਿਨਾਂ ਪਿੱਛੋਂ ਜਦੋਂ ਇਹ ਸਾਰੇ ਫਿਰਨ ਤੁਰਨ ਜੋਗੇ ਹੋਏ ਤਾਂ ਇਹਨਾਂ ਫਿਰ ਜੈਤੋ ਭੇਜੇ ਜਾਣ ਲਈ ਬੇਨਤੀ ਕੀਤੀ। ਬਹੁਤਾ ਹੱਠ ਕਰਨ ਤੇ ਇਹਨਾਂ ਨੂੰ ਗੱਡੀ ਰਾਹੀਂ ਮੁੜ ਜੈਤੋ ਪਹੁੰਚਾਇਆ ਗਿਆ। ਉਸ ਦਿਨ 8ਵਾਂ 500 ਦਾ ਜੱਥਾ ਉੱਥੇ ਪੁੱਜ ਰਿਹਾ ਸੀ। ਪੁਲਿਸ ਉਸ ਜੱਥੇ ਨੂੰ ਫੜਨ ਦੇ ਆਹਰ ਵਿੱਚ ਸੀ ਕਿ ਸਟੇਸ਼ਨ ਵੱਲੋਂ ਇਹ ਵੀ ਜੈਕਾਰੇ ਗੰਜਾਉਂਦੇ ਹੋਏ ਗੁਰਦੁਆਰੇ ਵੱਲ ਨੂੰ ਚੱਲ ਪਏ। ਇੱਕ ਪੁਲਿਸ ਅਫਸਰ ਸਿਪਾਹੀਆਂ ਦੇ ਦਸਤੇ ਸਮੇਤ ਇੱਧਰ ਨੱਠਿਆ ਗਿਆ ਅਤੇ ਜੋ ਗੱਡੀ ਸਟੇਸ਼ਨ ਤੇ ਖੜੀ ਸੀ ਉਸ ਦੇ ਇੱਕ ਡੱਬੇ ਵਿੱਚ ਇਹਨਾਂ ਨੂੰ ਬੰਦ ਕਰ ਦਿੱਤਾ। ਇਹਨਾਂ ਨੂੰ ਕਾਸੂ ਬੇਗ ਸਟੇਸ਼ਨ ਪਰ ਉਤਾਰ ਦੇਣ ਦਾ ਹੁਕਮ ਸੀ। ਜਦੋਂ ਗੱਡੀ ਕੋਟ ਕਪੂਰੇ ਸਟੇਸ਼ਨ ਤੇ ਠਹਿਰਨ ਲੱਗੀ, ਹੌਲੀ ਹੋਈ ਤਾਂ ਇਹਨਾਂ ਨੇ ਦਰਵਾਜ਼ੇ ਖੋਲ ਕੇ ਛਾਲਾਂ ਮਾਰ ਦਿੱਤੀਆਂ ਅਤੇ ਰਾਤ ਦੇ ਹਨੇਰੇ ਵਿੱਚ ਛੁੱਪ ਗਏ। ਕੁਝ ਦੂਰ ਜਾ ਕੇ ਇੱਕ ਬਾਗ ਵਿੱਚ ਇਹਨਾਂ ਰਾਤ ਕੱਟੀ ਅਤੇ ਸਵੇਰੇ ਪੈਦਲ ਫਿਰ ਜੈਤੋ ਵੱਲ ਨੂੰ ਤੁਰ ਪਏ। ਇਹ ਲੁਕਦੇ ਛਿਪਦੇ ਸ਼ਾਮ ਦੇ 3 ਵਜੇ ਤੱਕ ਗੁਰਦੁਆਰੇ ਦੇ ਨਜ਼ਦੀਕ ਪੁੱਜ ਗਏ। ਇੱਥੇ ਇਹਨਾਂ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ, ਜਿੱਥੇ ਇਹਨਾਂ ਪਰ ਪਹਿਲਾਂ ਨਾਲੋਂ ਵੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਫਿਰ ਉੱਥੇ ਹੀ ਕਾਰ ਖਾਸ ਹਵਾਲਾਤ ਨਾਭਾ ਵਿੱਚ ਦਾਖਲ ਕੀਤਾ ਗਿਆ, ਜਿੱਥੇ ਇਹਨਾਂ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਸਖਤੀ ਹੋਈ। ਭੁੱਖੇ ਅਤੇ ਤਿਹਾਈ ਰੱਖਿਆ ਗਿਆ, ਬਹੁਤ ਮਾਰਿਆ ਗਿਆ, ਪਰ ਇਹਨਾਂ ਆਪਣਾ ਹੱਠ ਨਹੀਂ ਛੱਡਿਆ। ਇਹੋ ਕਹਿੰਦੇ ਸੀ ਕਿ ਗੁਰਦੁਆਰੇ ਜਾਵਾਂਗੇ ਤੇ ਅਖੰਡ ਪਾਠ ਕਰਾਵਾਂਗੇ। ਇਹ ਬੱਚੇ 3 ਵਾਰ ਇਸ ਖੂਨੀ ਕਾਰ ਖਾਸ ਦੇ ਬੰਦੀ ਬਣੇ ਅਤੇ ਹਰ ਵਾਰੀ ਨਵੀਂ ਤੋਂ ਨਵੀਂ ਕਿਸਮ ਦੀਆਂ ਸਖਤੀਆਂ ਇਹਨਾਂ ਪਰ ਕੀਤੀਆਂ ਜਾਂਦੀਆਂ ਰਹੀਆਂ। ਕਈ ਹੋਰ ਅਕਾਲੀਆਂ ਨਾਲ ਵੀ ਕਾਰ ਖਾਸ ਵਿੱਚ ਲਿਜਾ ਕੇ ਬਹੁਤ ਬੇਰਹਿਮਾਨਾ ਸਲੂਕ ਕੀਤਾ ਜਾਂਦਾ ਰਿਹਾ। ਕਈਆਂ ਨੂੰ ਬਾਹਰ ਸਾਰੀ ਰਾਤ ਖੜਾ ਰੱਖਿਆ ਜਾਂਦਾ, ਇੱਕ ਇੱਕ ਕਰਕੇ ਸਰੀਰ ਸਿਰ ਤੇ ਦਾੜੀ ਤੋਂ ਵਾਲ ਨੋਚੇ ਜਾਂਦੇ, ਮੰਜੇ ਦੇ ਪਾਵਿਆਂ ਥੱਲੇ ਹੱਥ ਰਖਾ ਕੇ ਉੱਪਰ ਕਈ ਕਈ ਸਿਪਾਹੀ ਬੈਠ ਜਾਂਦੇ।
ਟੰਗਾਂ ਚੌੜੀਆਂ ਅਤੇ ਬਾਹਾਂ ਉੱਚੀਆਂ ਕਰਕੇ ਘੰਟਿਆਂ ਬੱਧੀ ਖੜਾ ਰੱਖਿਆ ਜਾਂਦਾ ਅਤੇ ਰਤਾ ਭਰ ਢਿਲਿਆਈ ਹੋਣ ਤੇ ਚਾਬਕ ਜਾਂ ਪੇਟੀਆਂ ਮਾਰੀਆਂ ਜਾਂਦੀਆਂ। ਹੱਥਾਂ ਉਂਗਲਾਂ ਵਿਚਾਲੇ ਸੋਟੀਆਂ ਦੇ ਕੇ ਦਬਾਇਆ ਜਾਂਦਾ। ਕੇਸਾਂ ਨੂੰ ਛੱਤ ਨਾਲ ਬੰਨ ਕੇ ਲਟਕਾਇਆ ਜਾਂਦਾ, ਭੁੱਖੇ ਤੇ ਤਿਹਾਏ ਰੱਖਿਆ ਜਾਂਦਾ। ਕਈ ਸਿੰਘ ਸਰਦੀਆਂ ਵਿੱਚ ਲੋੜੀਂਦਾ ਕੱਪੜਾ ਨਾ ਮਿਲਣ ਕਾਰਨ ਨਮੂਨੀਏ ਤੇ ਸਰਦੀ ਨਾਲ ਸ਼ਹੀਦ ਹੋ ਗਏ। ਕਈ ਗਰਮੀਆਂ ਵਿੱਚ ਪਾਣੀ ਹੋਟਿਓ ਤੜਫਾ ਤੜਫਾ ਮਾਰੇ ਗਏ। ਸੋ ਜੇਲ੍ਹਾਂ ਵਿੱਚੋਂ ਛੱਡੇ ਜਾਣ ਪਿੱਛੋਂ ਘਰੀ ਪਰਤੇ, ਉਹਨਾਂ ਵਿੱਚੋਂ ਜਿਹੜੇ ਜੇਲ੍ਹਾਂ ਵਿੱਚੋਂ ਛੁੱਟ ਕੇ ਘਰ ਪਹੁੰਚ ਗਏ ਘਰੀ ਪਰਤੇ, ਉਹਨਾਂ ਵਿੱਚੋਂ ਬਹੁਤਿਆਂ ਨੂੰ ਉਮਰਾਂ ਭਰ ਲਈ ਕੋਈ ਨਾ ਕੋਈ ਰੋਗ ਲੱਗ ਗਿਆ। ਘਰ ਦੀ ਛੱਲੀ ਭੂਣੀ ਸਰਕਾਰ ਜੁਰਮਾਨਿਆਂ ਵਿੱਚ ਲੈ ਗਈ। ਕਈ ਰਿਆਸਤਾਂ ਦੇ ਵਾਸੀ ਸਦਾ ਲਈ ਜਲਾਵਤਨ ਕੀਤੇ ਗਏ। ਉਹਨਾਂ ਦੀ ਜ਼ਮੀਨ, ਮਕਾਨ, ਜਾਇਦਾਦ ਸਰਕਾਰ ਨੇ ਕਬਜ਼ੇ ਕਰ ਲਏ ਅਤੇ ਸਰਕਾਰੀ ਪਿੱਠੂਆਂ ਨੂੰ ਇਨਾਮ ਵਜੋਂ ਦਿੱਤੇ ਗਏ। ਜੇਕਰ ਮੁਗਲ ਤੇ ਪਠਾਨ ਹਕੂਮਤਾਂ ਦੇ ਸਮਿਆਂ ਵਾਲੀ ਚਰਖੜੀਆਂ, ਆਰੇ ਅਤੇ ਉਬਲਦੀਆਂ ਦੇਗਾਂ ਸਿੰਘਾਂ ਨੂੰ ਸ਼ਹੀਦ ਕਰਨ ਦੇ ਨਿਹਾਇਤ ਬੇਦਰਦਾਨਾ ਹਥਿਆਰ ਸਨ, ਜੇਕਰ ਮੁਗਲ ਤੇ ਪਠਾਨ ਹਕੂਮਤਾਂ ਦੇ ਸਮਿਆਂ ਵਾਲੀ ਚਰਖੜੀਆਂ, ਆਰੇ ਅਤੇ ਉਬਲਦੀਆਂ ਦੇਗਾਂ ਸਿੰਘਾਂ ਨੂੰ ਸ਼ਹੀਦ ਕਰਨ ਦੇ ਨਿਹਾਇਤ ਬੇਦਰਦਾਨਾ ਹਥਿਆਰ ਸਨ ਅਤੇ ਗੋਲੀ ਜਾਂ ਛਮੀਆਂ ਸਭਿਅਤਾ ਦੀਆਂ ਡੀਂਗਾਂ ਮਾਰਨ ਵਾਲੀ ਸਰਕਾਰ ਦੇ ਇਹ ਜ਼ੁਲਮ ਉਹਨਾਂ ਨਾਲੋਂ ਘੱਟ ਨਹੀਂ ਸਨ, ਕਿਉਂਕਿ ਆਰੇ, ਚਰਖੜੀਆਂ, ਗੋਲੀ ਤੇ ਗੰਡਾਸਿਆਂ ਦਾ ਦੁੱਖ ਤਾਂ ਕੁਝ ਮਿੰਟਾਂ ਲਈ ਅਸਹਿ ਪ੍ਰਤੀਤ ਹੁੰਦਾ ਸੀ, ਪਰ ਇਸ ਸਰਕਾਰ ਦੇ ਮਾਰਿਆਂ ਦੀਆਂ ਦਰਦ ਭਰੀਆਂ ਚੀਕਾਂ ਤਾਂ ਉਮਰਾਂ ਭਰ ਸੁਣੀਆਂ ਜਾਂਦੀਆਂ ਰਹੀਆਂ। ਅੱਜ ਵੀ ਟਾਵੇਂ ਟਾਵੇਂ ਬਿਰਧ ਸਰੀਰ ਮੌਜੂਦ ਹਨ ਜਿਨ੍ਹਾਂ ਦੀਆਂ ਪੀੜਾਂ ਦੇ ਦਿਲ ਹਿਲਾ ਦੇਣ ਵਾਲੇ ਹੋਕੇ ਸੁਣੇ ਤੇ ਸਹੇ ਨਹੀਂ ਜਾਂਦੇ। ਅਜਿਹੇ ਗੁਰੂ ਕੇ ਲਾਲ ਜਿਉਂਦੇ ਸ਼ਹੀਦ ਅੱਜ ਵੀ ਸਾਡੇ ਸਾਹਮਣੇ ਹਨ, ਪਰ ਕਿਤਨਾ ਨਾ ਸ਼ੁਕਰਾਪਨ ਹੈ ਇਸ ਸਮੇਂ ਦਾ ਜਿਸਨੇ ਉਹਨਾਂ ਦੀ ਵਾਤ ਨਹੀਂ ਲਈ। ਇਹ ਮੋਰਚਾ 2.5 ਸਾਲ ਤੋਂ ਉੱਪਰ ਚੱਲਦਾ ਰਿਹਾ। ਇਹ ਕਿਵੇਂ ਖਤਮ ਹੋਇਆ ਅਤੇ ਇਸਦੇ ਫਲ ਸਰੂਪ ਕੀ ਨਤੀਜੇ ਨਿਕਲੇ, ਇਹ ਲੰਮੀ ਕਹਾਣੀ ਹੈ। ਇੱਥੇ ਇਹਨਾਂ ਕਹਿਣਾ ਕਾਫੀ ਹੈ ਕਿ ਖਾਲਸੇ ਨੇ ਇਸ ਮੋਰਚੇ ਦੇ ਧਾਰਮਿਕ ਪੱਖ ਅਥਵਾ ਖੰਡਿਤ ਹੋਏ ਅਖੰਡ ਪਾਠ ਨੂੰ ਬਿਨਾਂ ਕਿਸੇ ਤਰ੍ਹਾਂ ਦੀ ਪਾਬੰਦੀ ਨੂੰ ਸਵੀਕਾਰ ਕਰਨ ਦੇ ਜਾਰੀ ਕੀਤਾ ਅਤੇ ਉਸ ਥਾਂ ਜਿੱਥੇ ਇੱਕ ਪਾਠ ਕਰਨ ਲਈ ਵੀ ਨਾਭੇ ਦੀ ਅੰਗਰੇਜ਼ ਸਰਕਾਰ ਆਗਿਆ ਨਹੀਂ ਦਿੰਦੀ ਸੀ, ਖਾਲਸੇ ਨੇ ਲਗਾਤਾਰ 101 ਅਖੰਡ ਪਾਠ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਕੀਤੇ ਪ੍ਰਣ ਅਤੇ ਸੋਧੇ ਅਰਦਾਸ ਨੂੰ ਸਤਿਗੁਰੂ ਦੀ ਕਿਰਪਾ ਸਦਕਾ ਤੋੜ ਨਿਭਾਇਆ। ਜਿਨ੍ਹਾਂ ਨੇ ਇਸ ਮਹਾਨ ਹਵਨ ਕੁੰਡ ਵਿੱਚ ਆਪਣੀਆਂ ਜਾਨਾਂ ਦੀਆਂ ਆਹੁਤੀ ਪਾਈ, ਫੱਟੜ ਹੋਏ, ਮਾਰਾਂ ਸਹੀਆਂ, ਜ਼ਿੰਦਗੀ ਭਰ ਲਈ ਨਕਾਰੇ ਹੋ ਗਏ, ਘਰ ਘਾਟ ਤੇ ਭੂਏ ਭਾਂਡਾ ਬਰਬਾਦ ਕਰਾਇਆ, ਦੇਸ਼ ਬਦਰ ਹੋਏ, ਜਿਨ੍ਹਾਂ ਮਾਸੂਮ ਬੀਬੀਆਂ ਦੇ
ਸਦਾ ਲਈ ਸੁਹਾਗ ਲੁੱਟੇ ਗਏ, ਜਿਨ੍ਹਾਂ ਬਿਰਧ ਪਿਤਾ ਮਾਤਾਵਾਂ ਦੀ ਸਾਰ ਲੈਣ ਵਾਲਾ ਕੋਈ ਨਾ ਰਿਹਾ, ਜਿਨ੍ਹਾਂ ਬੱਚਿਆਂ ਦੇ ਸਿਰਾਂ ਤੋਂ ਪਿਤਾ ਵਾਲਾ ਸਾਇਆ ਸਦਾ ਲਈ ਉੱਠ ਗਿਆ, ਜੋ ਘਰ ਉਮਰ ਭਰ ਲਈ ਮਰੀਜ਼ਖਾਨੇ ਬਣ ਗਏ, ਜੋ ਪੀੜ੍ਹੀਆਂ ਤੱਕ ਰੋਟੀ ਪਾਣੀ ਤੋਂ ਆਤਰ ਹੋ ਗਏ, ਉਹਨਾਂ ਦੀਆਂ ਆਹਾਂ ਨੂੰ ਕਿਹੜੀ ਕਲਮ ਹੈ ਜੋ ਚਿੱਤਰ ਸਕੇ। ਕਿਤਨੇ ਅਹਿਸਾਨ ਫਰਾਮੋਸ਼ ਹਨ ਉਹ ਕੌਮ ਤੇ ਦੇਸ਼ ਜੋ ਅਜਿਹੀਆਂ ਕੁਰਬਾਨੀਆਂ ਨੂੰ 50 ਸਾਲ ਵੀ ਤਾਜ਼ਾ ਨਹੀਂ ਰੱਖ ਸਕੇ, ਅਤੇ ਕਿਤਨੇ ਅਕ੍ਰਿਤਕਨ ਹਨ ਉਹ ਨੌਜਵਾਨ ਜਿਨ੍ਹਾਂ ਨੂੰ ਨਾਭੇ ਦੀ ਖੂਨੀ ਕਾਰਖਾਸ ਅੰਦਰ ਭੁਜੰਗੀਆਂ ਵੱਲੋਂ ਝੱਲੀਆਂ ਸਖਤੀਆਂ ਸਿੱਖੀ ਸਪਿਰਟ ਦੀ ਢੁੰਬ ਨਹੀਂ ਦੇਂਦੀਆਂ। ਇਹ ਸਭ ਕੁਝ ਕਿਵੇਂ ਸੰਭਵ ਹੋਇਆ, ਅਤੇ ਉਹ ਕਿਹੜੀ ਸੱਤਿਆ ਸੀ ਜਿਸਨੇ ਛੋਟੀ ਜਿਹੀ ਸਿੱਖ ਕੌਮ ਅੱਗੇ ਸਮੁੱਚੇ ਭਾਰਤ ਦੀ ਅੰਗਰੇਜ਼ ਵਰਗੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ? ਇਸਦਾ ਉੱਤਰ ਸ੍ਰੀ C.F. ਐਂਡਿਊਸ ਅਤੇ ਸ਼੍ਰੀਮਤੀ ਸਰੋਜਨੀ ਨਾਇਡੂ ਦੇ ਲਫ਼ਜ਼ਾਂ ਵਿੱਚ ਇਉਂ ਹੈ, ਮੈਂ ਉਹਨਾਂ ਦੇ ਐਂਡਿਊਸ ਕਹਿੰਦੇ ਨੇ, ਮੈਂ ਉਹਨਾਂ ਦੇ ਧਰਮ ਨੂੰ ਇਸ ਦਾ ਆਧਾਰ ਮੰਨਦਾ ਹਾਂ। ਇੱਕ ਅੰਗਰੇਜ਼ ਕਹਿ ਰਿਹਾ ਹੈ ਕਿ ਮੈਂ ਸਿੱਖਾਂ ਦੇ ਧਰਮ ਨੂੰ ਇਸ ਦਾ ਆਧਾਰ ਮੰਨਦਾ ਹਾਂ। ਉਹਨਾਂ ਵਿੱਚ ਹਰ ਆਦਮੀ ਦਾ ਇਹ ਨਿਸ਼ਚਾ ਹੈ, ਨਿਸ਼ਚਾ ਸੀ ਕਿ ਉਹ ਆਪਣਾ ਆਪ ਵਾਹਿਗੁਰੂ ਪ੍ਰਤੀ ਅਰਪਣ ਕਰ ਰਿਹਾ ਹੈ। ਅੱਗੇ ਸਰੋਜਨੀ ਨਾਇਡੂ ਕਹਿੰਦੇ ਨੇ ਕਿ ਅਕਾਲੀਆਂ ਦੀ ਸਫਲਤਾ ਦਾ ਭੇਦ ਜਥੇਬੰਦੀ ਤੇ ਏਕਤਾ ਵਿੱਚ ਹੈ। ਗੁਰਦੁਆਰਾ ਸੁਧਾਰ ਲਹਿਰ ਆਪਣੇ ਅਸਲੇ ਵਿੱਚ ਨਿਰੋਲ ਧਾਰਮਿਕ ਲਹਿਰ ਸੀ, ਭਾਵੇਂ ਇਸ ਨੂੰ ਟੁੰਬ ਮਿਲਣ ਦੇ ਕਾਰਨਾਂ ਵਿੱਚੋਂ ਸਮੁੱਚੇ ਤੌਰ ਤੇ ਸਿੱਖਾਂ ਅੰਦਰ ਜਾਗਰਤ ਦਾ ਪੈਦਾ ਹੋਣਾ ਸੀ। ਇਹ ਜਾਗਰਤ ਪੁਨਰ ਵਿਕਾਸ ਸੀ ਉਸ ਅਹਿਸਾਸ ਦਾ ਜਿਸ ਵਿੱਚੋਂ ਸਿੱਖ ਦਾ ਜਨਮ ਹੋਇਆ ਸੀ। ਸਤਿਗੁਰੂ ਨੇ ਸਿੱਖ ਨੂੰ ਕਰਮ, ਕ੍ਰਿਤ, ਕੁਲ ਅਤੇ ਧਰਮ ਦੀ ਆਜ਼ਾਦੀ ਦਾ ਮੁੱਦਈ ਬਣਾਇਆ ਸੀ। ਇਹ ਜੋ ਲੋਕਾਂ ਦੇ ਧਰਮ ਨੂੰ ਆਜ਼ਾਦ ਵੇਖਣ ਦਾ ਚਾਹਵਾਨ ਸੀ, ਆਪਣੇ ਧਰਮ ਅਤੇ ਧਰਮ ਅਸਥਾਨਾਂ ਉੱਪਰ ਕਿਸੇ ਦੀ ਲਾਈ ਬੰਦਸ਼ ਕਿਵੇਂ ਸਹਿ ਸਕਦਾ ਸੀ? ਇਸ ਦੇ ਲਈ ਇਹ ਬਰਦਾਸ਼ਤ ਕਰੀ ਜਾਣਾ ਮੁਸ਼ਕਲ ਸੀ ਕਿ ਇਸ ਦੇ ਗੁਰਦੁਆਰਿਆਂ ਉੱਪਰ ਗੈਰ ਸਿੱਖ ਸਰਕਾਰ ਦਾ ਜਾਂ ਅਜਿਹੇ ਬੰਦਿਆਂ ਦਾ ਕੰਟਰੋਲ ਹੋਵੇ ਜੋ ਆਪੂ ਧਰਮਹੀਨ ਹੋਣ। ਸਿੱਖ ਦਾ ਇਹ ਧਰਮ ਵਿਸ਼ਵਾਸ ਆਧਾਰ ਸੀ ਸਾਰੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ, ਜਿਸ ਵਿਸ਼ਵਾਸ ਨੂੰ ਸਥਿਰ ਰੱਖਣ ਲਈ ਇਹ 5 ਸਾਲ ਦੇ ਛੋਟੇ ਜਿਹੇ ਸਮੇਂ ਅੰਦਰ ਸੈਂਕੜੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਹਜ਼ਾਰਾਂ ਨੂੰ ਫੱਟਰ, ਅੰਗਹੀਨ ਅਤੇ ਹਮੇਸ਼ਾ ਵਾਸਤੇ ਨਕਾਰਾ ਕਰ ਦਿੱਤਾ ਗਿਆ, ਹਜ਼ਾਰਾਂ ਨੂੰ ਬੈਂਤ ਮਾਰੇ ਗਏ, ਹਜ਼ਾਰਾਂ ਦੀਆਂ ਜਾਇਦਾਦਾਂ, ਜਾਗੀਰਾਂ, ਪੈਨਸ਼ਨਾਂ ਤੇ ਅਹੁਦੇ ਜ਼ਬਤ ਹੋਏ, ਅਤੇ ਜਿਨ੍ਹਾਂ ਨੇ ਕਾਲੇ ਪਾਣੀ ਅਤੇ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਅਸਹਿ ਕਸ਼ਟ ਸਹੇ, ਮੁੰਜਾਂ ਕੁੱਟੀਆਂ, ਚੱਕੀਆਂ ਪੀਠੀਆਂ, ਕੋਹਲੂ ਗੇੜੇ, ਉਹਨਾਂ ਦਾ ਤਾਂ ਹਿਸਾਬ ਹੀ ਕੋਈ ਨਹੀਂ। ਇਹਨਾਂ ਵਿੱਚ ਬਹੁਤੀ ਗਿਣਤੀ ਭਾਵੇਂ ਸਿੱਧੇ ਸਾਦੇ ਤੇ ਅਨਪੜ੍ਹ ਪੇਂਡੂ ਲੋਕਾਂ ਦੀ ਸੀ, ਪਰ ਵੱਡੇ ਵੱਡੇ ਵਿਦਵਾਨ, ਬੈਰਿਸਟਰ, ਪ੍ਰੋਫੈਸਰ, ਧਨਾਢ, ਜ਼ਿਮੀਂਦਾਰ ਅਤੇ ਫੌਜੀ ਪੈਨਸ਼ਨਰ ਵੀ ਇਹਨਾਂ ਵਿੱਚ ਸਨ। ਅਖੀਰ ਜਦੋਂ ਸਰਕਾਰ ਨੂੰ ਇਹ ਨਿਸ਼ਚਾ ਹੋ ਗਿਆ ਕਿ ਸਿੱਖ ਦੇ ਸਿਰੜ ਨੂੰ ਕੋਈ ਦਬਾਅ, ਭੰਨ ਜਾਂ ਤੋੜ ਨਹੀਂ ਸਕਦਾ, ਤਾਂ ਪੰਜਾਬ ਸਰਕਾਰ ਨੇ 7 ਜੁਲਾਈ 1925 ਨੂੰ ਗੁਰਦੁਆਰਾ ਕਾਨੂੰਨ ਪਾਸ ਕਰਕੇ 1 ਨਵੰਬਰ ਤੋਂ
ਇਸ ਨੂੰ ਲਾਗੂ ਕਰ ਦਿੱਤਾ ਅਤੇ ਇਸ ਦੇ ਅਧੀਨ ਸਾਰੇ ਗੁਰਦੁਆਰਿਆਂ ਉੱਪਰ ਪੰਥਕ ਕੰਟਰੋਲ ਦੇ ਅਸੂਲ ਨੂੰ ਸਵੀਕਾਰ ਕਰ ਲਿਆ। ਇਹ ਗੱਲ ਮੰਨੀ ਜਾਣੀ ਕਿ ਸਿੱਖਾਂ ਦੇ ਗੁਰਦੁਆਰੇ ਅਤੇ ਉਹਨਾਂ ਵਿੱਚ ਧਰਮ ਮਰਿਆਦਾ ਅੰਦਰ ਦਖਲ ਦੇਣ ਦਾ ਹੱਕ ਕਿਸੇ ਨੂੰ ਨਹੀਂ ਹੋਵੇਗਾ, ਆਪਣੇ ਆਪ ਵਿੱਚ ਇੱਕ ਵੱਡੀ ਗੱਲ ਸੀ। ਪਰੰਤੂ ਗੁਰਦੁਆਰਾ ਕਾਨੂੰਨ ਨੇ ਗੁਰਦੁਆਰਾ ਦੀਆਂ ਜਾਇਦਾਦਾਂ ਸੰਬੰਧੀ ਜਿੱਥੇ ਇੱਕ ਬੰਨੇ ਮੁਕੱਦਮੇਬਾਜ਼ੀ ਅਤੇ ਅਦਾਲਤੀ ਦਰ ਖੜਕਾਉਣ ਦੇ ਰਾਹ ਖੋਲ ਦਿੱਤੇ, ਉੱਥੇ ਕਈ ਹੋਰ ਐਸੇ ਮਸਲੇ ਛੇੜ ਦਿੱਤੇ ਜੋ ਹੁਣ ਤੱਕ ਹੋਏ ਤਜਰਬੇ ਤੋਂ ਸਿੱਖ ਕੌਮ ਲਈ ਸਮੁੱਚੇ ਤੌਰ ਤੇ ਵੱਡੇ ਹਾਨੀਕਾਰਕ ਸਿੱਧ ਹੋਏ ਹਨ। ਇੱਕ ਪੇਜ ਰਹਿ ਗਿਆ ਸੰਗਤ ਜੀ। ਮਿਸਾਲ ਵਜੋਂ, ਪਹਿਲਾ, ਗੁਰਦੁਆਰਾ ਐਕਟ ਨੇ ਸਿੱਖ ਸਮਾਜ ਅੰਦਰ ਚੋਣ ਇਲੈਕਸ਼ਨ ਨੂੰ ਮੁੱਖ ਸਥਾਨ ਦਿੱਤਾ ਹੈ। ਇਹਨਾਂ ਚੋਣਾਂ ਦੀ ਸਾਰੀ ਵਿਧੀ ਗਣਤੰਤਰੀ ਡੈਮੋਕ੍ਰੇਟਿਕ ਢੰਗ ਦੀ ਹੈ, ਜਿਸ ਵਿੱਚ ਗੁਰਦੁਆਰੇ ਦੀ ਧਾਰਮਿਕ ਵਿਸ਼ੇਸ਼ਤਾ ਨੂੰ ਕੋਈ ਅਹਿਮੀਅਤ ਪ੍ਰਾਪਤ ਨਹੀਂ, ਸਗੋਂ ਗੁਰਦੁਆਰਾ ਪ੍ਰਬੰਧ ਇੱਕ ਸਾਧਾਰਨ ਲੋਕਲ ਬਾਡੀ, ਜ਼ਿਲ੍ਹਾ ਪ੍ਰੀਸ਼ਦ ਜਾਂ ਮਿਊਂਸੀਪਲ ਕਮੇਟੀ ਦਾ ਸਥਾਨ ਹੀ ਰੱਖਦਾ ਹੈ। ਦੂਜਾ, ਚੋਣ ਕਰਨ ਦਾ ਜਾਂ ਮੈਂਬਰ ਚੁਣੇ ਜਾਣ ਦਾ ਅਧਿਕਾਰ ਹਰ ਉਸ ਮਨੁੱਖ ਨੂੰ ਪ੍ਰਾਪਤ ਹੈ ਜੋ ਇਹ ਕਹੇ ਕਿ ਮੈਂ ਸਿੱਖ ਹਾਂ। ਨੀਰਾ ਇਹ ਕਹਿਣ ਨਾਲ ਵੋਟਰ ਤਥਾ ਮੈਂਬਰ ਦੀ ਵਿਵਸਥਾ ਧਾਰਮਿਕ ਨਹੀਂ ਬਣ ਜਾਂਦੀ। ਇਸ ਤਰ੍ਹਾਂ ਗੁਰਦੁਆਰਾ ਐਕਟ ਅੰਦਰ ਅਜਿਹੀ ਕੋਈ ਗਾਰੰਟੀ ਨਹੀਂ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਸਿੱਖੀ ਪਰ ਸ਼ਰਧਾ ਰੱਖਣ ਵਾਲੇ ਅਤੇ ਸਿੱਖੀ ਰਹਿਤ ਮਰਿਆਦਾ ਦੇ ਪਾਬੰਦ ਹੋਣਗੇ। ਅਸ਼ਰਧਕ ਮੈਂਬਰ ਗੁਰਦੁਆਰਿਆਂ ਦੇ ਪ੍ਰਬੰਧਕ ਬਣ ਕੇ ਗੁਰਦੁਆਰੇ ਦੀ ਹੋਂਦ ਅਤੇ ਉਸਦੀ ਧਾਰਮਿਕ ਸਥਿਤੀ ਨੂੰ ਕਿੱਥੇ ਤੱਕ ਸੁਰੱਖਿਅਤ ਰੱਖਣਗੇ, ਇਹ ਸਹਿਜ ਵਿਚਾਰ ਦੀ ਗੱਲ ਹੈ। ਤੀਜਾ, ਗੁਰਦੁਆਰਾ ਐਕਟ ਅਧੀਨ ਸਥਾਪਿਤ ਹੋਏ ਪ੍ਰਬੰਧ ਨੇ ਆਨਰੇਰੀ ਤੇ ਨਿਸ਼ਕਾਮ ਸੇਵਾ, ਜਿਸ ਦੇ ਸਿੱਖ ਧਰਮ ਅੰਦਰ ਵਿਸ਼ੇਸ਼ ਮਹੱਤਤਾ ਸੀ, ਦਾ ਭੋਗ ਪਾ ਦਿੱਤਾ ਅਤੇ ਗੁਰਦੁਆਰਿਆਂ ਅੰਦਰ ਦੁਕਾਨਦਾਰੀ ਭਾਵਨਾ ਜੋੜ ਫੜ ਗਈ ਹੈ। ਚੌਥਾ, ਪਾਰਟੀ ਲਾਈਨਾਂਸ ਤੇ ਕੀਤੀਆਂ ਜਾਂਦੀਆਂ ਚੋਣਾਂ ਨੇ ਕੌਮ ਦੀ ਪੰਥਕ ਹੈਸੀਅਤ ਨੂੰ ਪਾਰਟੀ ਹੈਸੀਅਤ ਵਿੱਚ ਬਦਲ ਦਿੱਤਾ ਹੈ ਅਤੇ ਹੋਰ ਗਣਤੰਤਰੀ ਪ੍ਰਬੰਧਾਂ ਵਾਂਗ ਗੁਰਦੁਆਰਿਆਂ ਵਿੱਚ ਵੀ ਪਾਰਟੀ ਡਿਕਟੇਟਰਸ਼ਿਪ ਕੁਸੜ ਗਈ ਹੈ। ਪੰਜਵਾਂ, ਸਿੱਖ ਦਾ ਧਰਮ ਅਤੇ ਰਾਜਨੀਤੀ ਇੱਕੋ ਕੁਝ ਹਨ। ਸਿੱਖ ਦਾ ਧਰਮ ਅਤੇ ਰਾਜਨੀਤੀ ਇੱਕੋ ਕੁਝ ਹਨ ਦੇ ਨਾਅਰੇ ਨੇ ਰਾਜਨੀਤੀ ਨੂੰ ਧਰਮ ਅਧੀਨ ਲਿਆਉਣ ਦੀ ਬਜਾਏ ਸਿੱਖ ਧਰਮ ਨੂੰ ਰਾਜਨੀਤੀ ਦਾ ਦੁਬੇਲ ਕਰ ਦਿੱਤਾ ਹੈ ਅਤੇ ਹੁਣ ਇਹ ਨਾਰਾ ਜੋੜ ਫੜ ਰਿਹਾ ਹੈ ਕਿ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ। ਇਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਦੇਸ਼ ਧਰਮ ਹੇਤ ਗੁਰਦੇਵ ਪਠਾਏ ਨੂੰ ਦੂਜੀ ਸੈਕੰਡਰੀ ਥਾਂ ਦੇ ਦਿੱਤੀ ਹੈ, ਜਿਸ ਰਾਜ ਭਾਗ ਅੰਦਰ ਸਿੱਖੀ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਨਹੀਂ, ਐਸੋ ਰਾਜ ਨਾ ਕਿਤੇ ਕਾਜ। ਗੁਰਦੁਆਰਾ ਐਕਟ ਲਾਗੂ ਹੋਇਆ ਅਤੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਆਇਆ ਕਈ ਸਾਲ ਗੁਜ਼ਰ ਚੁੱਕੇ ਹਨ ਅਤੇ ਇਸ ਲੰਮੇ ਸਮੇਂ ਅੰਦਰ ਅਸੀਂ ਕਿੱਥੇ ਪੁੱਜੇ ਹਾਂ, ਸਭ ਦੇ ਸਾਹਮਣੇ ਹੈ। ਇਸ ਵਿੱਚ ਸ਼ੱਕ ਨਹੀਂ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸੱਚਮੁੱਚ ਹੀ ਨਿਸ਼ਕਾਮ ਸੇਵਾ ਦੇ ਉੱਚੇ ਆਦਰਸ਼ ਨੂੰ ਲੈ ਕੇ ਹੋਂਦ ਵਿੱਚ ਆਈ ਸੀ। ਇਹੋ ਕਾਰਨ ਸੀ ਕਿ ਅਸੀਂ ਇਸ ਨੂੰ ਸਫਲਤਾ ਤੱਕ ਲੈ ਜਾਣ ਲਈ ਬੇਮਿਸਾਲ ਕੁਰਬਾਨੀਆਂ ਦੇਣ ਦੇ ਸਮਰਥ ਹੋਏ ਅਤੇ ਦੁਨੀਆਂ ਨੇ ਵਾਰ ਵਾਰ ਇਹ ਕਿਹਾ, ਤੇਰੀ ਕੁਰਬਾਨੀਓ ਕੀ ਧੂਮ ਹੈ, ਆ ਜ਼ਮਾਨੇ ਮੇਂ
बहादुर है अगर कोई तो वो तू है, अकाली है। गुरु के बाग दे मोर्चे दा दृश्य वेख के आए पादरी श्री सी एफ एंड्रयूज, पर जदों ये सवाल किया गया कि तुहाडे ख्याल विच सिखां दी ऐसी कुर्बानी पिछे की भेद सी, तां उन्हां जवाब दिता सी, मैं उन्हां दे धर्म नूं इस दा आधार मनदा हाँ। उन्हां दे अंदर इको ही ख्याल समाया होया सी, ओ सी उन्हां दा रब उपर विश्वास। उन्हां विचों हर आदमी दे अंदर ये निश्चा सी कि वो अपना आप वाहिगुरु नूं भेंट कर रहा है। अजिहा निश्चा ही सिखी दे महल दा वो थम है जिस उपर महल कायम है। धर्म दी इक ऐसी शक्ति धर्म ही इक ऐसी शक्ति है जिसके नाम ते असी इकट्ठे हो सकते हाँ। धर्म ही सानू वो टुंब दे सकदा है जिस दे हुंदिया कष्ट मिठे लगन लग जाते हैं। जे असी चाहते हाँ कि गुरु के बाग वाला साहस साडे विच आवे, तां असी भी धर्म नू अपना आधार बनाइए, गुरु का अमृत पान करिए, गुरु की रहनी रहिए, गुरु दा किरदार अपनाइए। साडी सरदारी, साडी समर्था ते साडी आबा इसे रहनी दे रूप विच है। साडे न्यारे रूप दा भय साडे वैरियां लई हर हमेश उन्हां दी जान दा खो बनिया रहा। अज भी साडा बल, साडा मान ते साडी शान साडे न्यारे रूप ते साडी रहनी विच है। इस नूं त्याग के असी 84 दे चक्कर विच पै जावांगे। सतगुरु ने एवें तां नहीं सी कहा, जब लग रही खालसा न्यारा तब लग तेज दियो मैं सारा, जब गहे विपिन की मैं न करूँ इनकी प्रतीत, मैं न करूँ इनकी प्रतीत, बोले सुनियार सत श्री अकाल। वाहेगुरु जी का खालसा, वाहेगुरु जी की फतेह। संगत जी, ऐसी पुस्तक गुरुद्वारा प्रबंध सुधार लहर सेवा निभाते हैं, पढ़ते हैं, बहुत सारी गलतियां हो जाती हैं, खिमा करना, और अगे भी दास नूं पुस्तक पढ़न दी सेवा होर जरूर जरूर झोले च पाना। वाहेगुरु जी का खालसा, वाहेगुरु जी की फतेह।